ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਲਈ ਅੰਮ੍ਰਿਤਸਰ ਸ਼ਹਿਰ ਤੋਂ ਸਿਰਫ 10 ਤੋਂ 12 ਕਿਲੋਮੀਟਰ ਦੇ ਡਿਸਟੈਂਸ ਦੇ ਉੱਪਰ ਇੱਕ ਬਹੁਤ ਹੀ ਅੱਛੀ ਪ੍ਰਾਪਰਟੀ ਲੈ ਕੇ ਆਏ ਹੈਗੇ ਆ। 1.5 ਕਿੱਲਾ ਤੇ 11 ਮਰਲੇ ਦੀ ਇਹ ਪ੍ਰਾਪਰਟੀ ਹੈਗੀ ਜੇ। 300 ਫੁੱਟ ਦਾ ਇਹਦਾ ਫਰੰਟ ਹੈਗਾ ਜੇ, ਲਿੰਕ ਰੋਡ ਦੇ ਉੱਪਰ ਲੋਕੇਟਿਡ ਹੈਗੀ ਜੇ। ਇਹਦਾ ਤੁਸੀਂ ਕਮਰਸ਼ੀਅਲ ਯੂਜ਼ ਕਰ ਸਕਦੇ ਹੋ। ਹਲੇ ਇਸ ਪ੍ਰਾਪਰਟੀ ਨੂੰ ਐਜ਼ ਏ ਐਗਰੀਕਲਚਰ ਲੈਂਡ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈਗਾ, ਝੋਨਾ ਇਹਦੇ ਉੱਪਰ ਲੱਗਾ ਹੋਇਆ ਹੈ। 300 ਫੁੱਟ ਦਾ ਫਰੰਟ ਹੋਣ ਕਰਕੇ ਤੁਸੀਂ ਕਾਫੀ ਅੱਛਾ ਇਹਦਾ ਕਮਰਸ਼ੀਅਲ ਯੂਜ਼ ਕਰ ਸਕਦੇ ਹੋ। ਲਿੰਕ ਰੋਡ ਦੇ ਉੱਪਰ ਪ੍ਰਾਪਰਟੀ ਹੈਗੀ ਹੈ, ਤੁਸੀਂ ਇਹ ਲਿੰਕ ਰੋਡ ਚੈੱਕ ਕਰੋ, ਕਾਫੀ ਅੱਛੀ ਵੱਡੀ ਇਹ ਲਿੰਕ ਰੋਡ ਹੈਗੀ ਜੇ। ਇਹ ਖਿਆਲੇ ਪਿੰਡ ਤੋਂ ਖਾਸੇ ਨੂੰ ਰਾਹ ਜਾਂਦਾ, ਉਹਦੇ ਉੱਪਰ ਇਹ ਲੋਕੇਟਡ ਹੈਗੀ ਜੇ। ਅਗਰ ਤੁਸੀਂ ਸ਼ਹਿਰ ਦੇ ਨਜ਼ਦੀਕ ਕੋਈ ਇਸ ਤਰ੍ਹਾਂ ਦੀ ਪ੍ਰਾਪਰਟੀ ਲੱਭ ਰਹੇ ਹੋ ਜੋ ਕਿ ਤੁਹਾਨੂੰ ਸਸਤੇ ਰੇਟਾਂ 'ਤੇ ਮਿਲੇ ਔਰ ਲਿੰਕ ਰੋਡ 'ਤੇ ਹੋਵੇ, ਉਹਦੇ ਉੱਪਰ ਤੁਸੀਂ ਆਪਣਾ ਫਾਰਮ ਹਾਊਸ, ਇਸ ਤੋਂ ਇਲਾਵਾ ਕੋਈ ਆਪਣੀ ਮਾਰਕੀਟ ਜਾਂ ਕੋਈ ਆਪਣੀ ਫੈਕਟਰੀ ਲਗਾਉਣਾ ਚਾਹੁੰਦੇ ਹੋ, ਤਾਂ ਇਹ ਆਪਸ਼ਨ ਤੁਹਾਡੇ ਲਈ ਬਿਲਕੁਲ ਪਰਫੈਕਟ ਹੈਗੀ ਹੈ। ਆਓ ਆਪ ਜੀ ਨੂੰ ਇਸ ਪ੍ਰੋਪਰਟੀ ਦਾ ਪੂਰਾ ਡਰੋਨ ਵਿਊ ਚੈੱਕ ਕਰਵਾਈਏ। ਸਾਹਮਣੇ ਤੁਸੀਂ ਜਿਹੜਾ ਪਿੰਡ ਦੇਖ ਰਹੇ ਹੋ, ਉਹ ਖਿਆਲਾ ਪਿੰਡ ਹੈਗਾ ਜੇ। ਇਹ ਲਿੰਕ ਰੋਡ ਅੱਗੇ ਖਾਸੇ ਨੂੰ ਜਾਂਦੀ ਹੈਗੀ, ਇਸੇ ਖਾਸੇ ਵਾਲੀ ਰੋਡ ਦੇ ਉੱਪਰ ਤੁਸੀਂ ਇਹ ਪ੍ਰੋਪਰਟੀ ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਇਹ ਟਾਕਾ ਜੀ ਤੁਹਾਡੇ ਲਈ ਲੈ ਕੇ ਆਏ ਹੈਗੇ ਆ। ਤੁਸੀਂ ਵੇਖੋ ਇਹ ਪ੍ਰੋਪਰਟੀ, ਨਾਲ ਹੀ ਤੁਸੀਂ ਦੇਖੋਗੇ ਤਾਂ ਪ੍ਰੋਪਰ ਸੀਵਰੇਜ ਦਾ ਵੀ ਇਹਦੇ ਅੰਦਰ ਪ੍ਰਬੰਧ ਕੀਤਾ ਗਿਆ ਹੈਗਾ ਜੀ। ਪੂਰਾ ਤੁਸੀਂ ਦੇਖੋ, ਬਹੁਤ ਹੀ ਸੋਹਣਾ ਇਹ ਲੋਕੇਸ਼ਨ ਹੈਗੀ ਹੈ। ਤੁਸੀਂ ਇਸ ਪ੍ਰੋਪਰਟੀ ਦਾ ਕਾਫੀ ਮਲਟੀਪਲ ਯੂਜ਼ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਬਹੁਤ ਹੀ ਸੋਹਣਾ ਆਪਣਾ ਫਾਰਮ ਹਾਊਸ ਬਣਵਾ ਸਕਦੇ ਹੋ। ਪਿੰਡ ਵੀ ਕਾਫੀ ਨਜ਼ਦੀਕ ਹੈਗਾ ਜੇ, ਲਿੰਕ ਰੋਡ ਦੀ ਪ੍ਰੋਪਰਟੀ ਹੈ, ਘਰ ਦੇ ਨਜ਼ਦੀਕ ਹੀ। ਆਪ ਜੀ ਨੂੰ ਹਰੇਕ ਤਰ੍ਹਾਂ ਦੀ ਫੈਸਿਲਿਟੀ ਮਿਲ ਜਾਂਦੀ ਹੈਗੀ ਹੈ। ਆਹ ਤੁਸੀਂ ਹਰੇ ਏਰੀਆ ਦੇ ਸਾਹਮਣੇ ਵਾਲਾ ਜਿਹੜਾ ਟੱਕ ਦੇਖ ਰਹੇ ਹੋ, ਇਹ ਟੱਕ ਹੈਗਾ ਜੀ ਜਿਹੜਾ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹੈਗੇ ਹਾਂ। ਬਹੁਤ ਹੀ ਅੱਛੀ ਇਹ ਪ੍ਰੋਪਰਟੀ ਹੈਗੀ ਜੀ। ਇਹ ਰਾਹ ਅੱਗੇ ਤੁਸੀਂ ਖਾਸੇ ਨੂੰ ਚਲਾ ਜਾਂਦਾ ਹੈਗਾ ਜੀ। ਪ੍ਰੋਪਰਟੀ ਦੇ ਪੂਰੇ ਡਾਕੂਮੈਂਟ ਕਲੀਅਰ ਹੈਗਾ ਜੀ। ਰਜਿਸਟਰੀ ਵਾਲੀ ਇਹ ਪ੍ਰੋਪਰਟੀ ਹੈਗੀ ਜੀ, ਬਹੁਤ ਹੀ ਅੱਛੀ ਪ੍ਰਾਈਮ ਲੋਕੇਸ਼ਨ ਦੀ ਪ੍ਰੋਪਰਟੀ ਹੈਗੀ ਜੀ। 1.5 ਕਿੱਲਾ 11 ਮਰਲੇ ਦੀ ਪ੍ਰੋਪਰਟੀ ਹੈਗੀ ਹੈ, ਪ੍ਰਾਈਮ ਲੋਕੇਸ਼ਨ ਪ੍ਰੋਪਰਟੀ। ਅਗਰ ਇਸ ਪ੍ਰੋਪਰਟੀ ਨੂੰ ਤੁਸੀਂ ਵੇਖਣਾ ਚਾਹੁੰਦੇ ਹੋ, ਵਿਜ਼ਿਟ ਕਰਨਾ ਚਾਹੁੰਦੇ ਹੋ, ਸਾਡੇ ਨੰਬਰ ਸਕਰੀਨ ਦੇ ਦਿੱਤੇ ਗਏ ਨੇ, ਸਾਡੇ ਨਾਲ ਕੰਟੈਕਟ ਕਰੋ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਿਰਫ 10 ਤੋਂ 12 ਕਿਲੋਮੀਟਰ ਦਾ ਇਸ ਦਾ ਡਿਸਟੈਂਸ ਹੈਗਾ ਜੀ। ਬਹੁਤ ਹੀ ਅੱਛੀ ਇਹ ਪ੍ਰੋਪਰਟੀ ਹੈਗੀ ਜੀ, ਬਹੁਤ ਹੀ ਅੱਛੇ ਤੁਸੀਂ ਇਹਦੇ ਯੂਜਿਸ ਕਰ ਸਕਦੇ ਹੋ। ਫਿਊਚਰ ਵਿੱਚ ਆਪ ਜੀ ਨੂੰ ਕਾਫੀ ਅੱਛਾ ਇਹਦੇ ਉੱਪਰ ਐਪਰੀਸੀਏਸ਼ਨ ਵੀ ਮਿਲੇਗਾ। ਤੁਸੀਂ ਚਾਹੋ ਤਾਂ ਇਹਨੂੰ ਐਜ਼ ਏ ਐਗਰੀਕਲਚਰ ਲੈਂਡ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹੋ, ਇਹਨੂੰ ਤੁਸੀਂ ਠੇਕੇ 'ਤੇ ਦੇ ਸਕਦੇ ਹੋ। ਵੱਡੇ ਸ਼ਹਿਰਾਂ ਤੋਂ ਸਾਡੇ ਕੋਲ ਕਈ ਸਾਡੇ ਕਲਾਇੰਟ ਆਉਂਦੇ ਨੇ ਜਿਹੜੇ ਕਿ ਸ਼ਹਿਰਾਂ 'ਚ ਰਹਿੰਦੇ ਨੇ ਅਤੇ ਕਾਫੀ ਭੀੜ ਭਾੜ ਵਾਲੇ ਏਰੀਆ ਤੋਂ ਹੁਣ ਉਹ ਦੁਬਾਰਾ ਤੋਂ ਪੰਜਾਬ ਦੇ ਅੰਦਰ ਸ਼ਿਫਟ ਹੋਣਾ ਚਾਹੁੰਦੇ ਨੇ, ਤਾਂ ਕੋਈ ਅੱਛੀ ਵੱਡੀ ਪ੍ਰੋਪਰਟੀ ਲੈਣਾ ਚਾਹੁੰਦੇ ਹੈਗੇ ਨੇ। ਇਹ ਬਹੁਤ ਹੀ ਅੱਛੀ 1.5 ਕਿੱਲੇ ਦੀ ਲਿੰਕ ਰੋਡ ਦੇ ਉੱਪਰ ਪ੍ਰੋਪਰਟੀ ਅਸੀਂ ਲੈ ਕੇ ਆਏ ਹੈਗੇ ਹਾਂ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਤੁਸੀਂ ਇਹਦੇ ਅੰਦਰ ਆਪਣਾ ਫਾਰਮ ਹਾਊਸ, ਘਰ, ਫੈਕਟਰੀ, ਇਸ ਤੋਂ ਇਲਾਵਾ ਕਾਫੀ ਮਲਟੀਪਲ ਯੂਜ਼ ਤੁਸੀਂ ਬਾਹਰ ਇਹਦੇ ਮਾਰਕੀਟ, ਸ਼ੋਪਿੰਗ ਕੰਪਲੈਕਸ, ਪੂਰਾ ਕੁਝ ਬਣਵਾ ਸਕਦੇ ਹੋ। ਰਾਮ ਤੀਰਥ ਮੰਦਿਰ ਤੋਂ ਗੱਲ ਕਰੀਏ ਤਾਂ 4 ਤੋਂ 5 ਕਿਲੋਮੀਟਰ ਦਾ ਡਿਸਟੈਂਸ ਹੈਗਾ ਜੀ। ਯੂਨੀਵਰਸਿਟੀ ਤੋਂ 10-12 ਕਿਲੋਮੀਟਰ ਦਾ ਹੈਗਾ ਜੀ। ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਦੀ ਪ੍ਰੋਪਰਟੀ ਹੈਗੀ ਜੀ। ਖਿਆਲਾ ਪਿੰਡ ਦੀ ਇਹ ਪ੍ਰੋਪਰਟੀ ਹੈਗੀ ਜੀ, ਬਹੁਤ ਹੀ ਅੱਛੀ ਲੋਕੇਸ਼ਨ ਹੈ, ਕਾਫੀ ਮਲਟੀਪਲ ਯੂਜ਼ ਤੁਸੀਂ ਕਰ ਸਕਦੇ ਹੋ। ਅਗਰ ਆਪ ਜੀ ਇਸ ਪ੍ਰੋਪਰਟੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ, ਸਾਡੇ ਨੰਬਰ ਸਕਰੀਨ 'ਤੇ ਦਿੱਤੇ ਗਏ ਨੇ, ਜਲਦੀ ਜਲਦੀ ਸਾਡੇ ਨਾਲ ਕੰਟੈਕਟ ਕਰੋ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਦਿੱਤੀ ਇਨਫੋਰਮੇਸ਼ਨ ਆਪ ਜੀ ਨੂੰ ਕਾਫੀ ਅੱਛੀ ਲੱਗਦੀ ਹੋਏਗੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਨਲੌਕ ਸੁਪਰ ਪ੍ਰਾਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ, ਲਾਈਕ ਐਂਡ ਸ਼ੇਅਰ ਕਰੋ। ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਅਸੀਂ ਆਪਣੇ ਕਲਾਇੰਟ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਕਿ ਉਹ ਅੱਛੀ ਤੋਂ ਅੱਛੀ ਪ੍ਰਾਪਰਟੀ ਵੇਖ ਪਾਣ। ਸਾਡਾ ਚੈਨਲ ਯੂਟਿਊਬ, ਫੇਸਬੁੱਕ ਦੋਨੋਂ ਜਗ੍ਹਾ 'ਤੇ ਪਲੀਜ਼ ਲਾਈਕ ਐਂਡ ਸ਼ੇਅਰ ਕਰੋ। ਤੁਸੀਂ ਇਹ ਸਾਹਮਣੇ ਦੇਖੋ, ਆਪ ਜੀ ਨੂੰ ਖਿਆਲਾ ਪਿੰਡ ਦਿਖੇਗਾ, ਲਿੰਕ ਰੋਡ ਦੀ ਪ੍ਰੋਪਰਟੀ ਹੈਗੀ ਜੀ। ਪ੍ਰੋਪਰ ਨਿਕਾਸੀ ਹੈਗੀ ਹੈ, ਹਰੇਕ ਤਰ੍ਹਾਂ ਦੀ ਫੈਸਿਲਿਟੀ ਪਿੰਡ ਦੇ ਵਿੱਚ ਹੈਗੀ ਜੀ। ਕਾਫੀ ਅੱਛੇ ਰੇਟਾਂ 'ਤੇ ਆਜ ਦੀ ਆਫਰ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਦਿੱਤੀ ਇਨਫੋਰਮੇਸ਼ਨ ਆਪ ਜੀ ਨੂੰ ਅੱਛੀ ਲੱਗੇਗੀ। ਅੰਮ੍ਰਿਤਸਰ ਦੇ ਸ਼ਹਿਰ ਹੈ, ਅੰਮ੍ਰਿਤਸਰ ਦੇ ਨਜ਼ਦੀਕ ਜਿਹੜੇ ਪਿੰਡਾਂ ਦੀ ਪ੍ਰੋਪਰਟੀ ਹੈ, ਉਹਨਾਂ ਦੇ ਵੀ ਫ੍ਰੀ ਐਡ ਲਾਉਣੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸੇਲ ਪਰਚੇਜ਼ ਲਈ ਸਾਡੇ ਨਾਲ ਕੰਟੈਕਟ ਕਰੋ, ਆਪਣਾ ਨਵਾਂ ਘਰ ਬਣਾਉਣ ਲਈ ਸਾਡੇ ਨਾਲ ਕੰਟੈਕਟ ਕਰੋ। ਪਿੰਡ ਦੇ ਅੰਦਰ ਅਗਰ ਆਪ ਜੀ ਕੋਈ ਆਪਣੀ ਅੱਛਾ ਪ੍ਰੋਪਰਟੀ ਜਿੱਦਾਂ ਦੀ ਘਰ ਹੋਵੇ ਜਾਂ ਕੋਈ ਐਗਰੀਕਲਚਰ ਲੈਂਡ, ਉਹਨੂੰ ਵੀ ਸੇਲ ਕਰਨਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਅਸੀਂ ਆਪ ਜੀ ਦੀ ਪੂਰੀ ਹੈਲਪ ਕਰਾਂਗੇ। ਅਸੀਂ ਚਾਹੁੰਦੇ ਕਿ ਸਾਡੇ ਕਲਾਇੰਟਾਂ ਨੂੰ ਅੰਮ੍ਰਿਤਸਰ ਦੇ ਅੰਦਰ ਔਰ ਅੰਮ੍ਰਿਤਸਰ ਦੇ ਨਜ਼ਦੀਕ ਜਿਹੜੀ ਅੱਛੀਆਂ ਪ੍ਰੋਪਰਟੀਆਂ ਉਹਦੇ ਬਾਰੇ ਪਤਾ ਲੱਗਣ ਤਾਂ ਕਿ ਉਹ ਅੱਛੀ ਤੋਂ ਅੱਛੀ ਪ੍ਰੋਪਰਟੀ ਪਰਚੇਜ਼ ਕਰ ਪਾਣ। ਤੁਸੀਂ ਇਹ ਦੇਖੋ, ਰਾਮ ਤੀਰਥ ਰੋਡ 'ਤੇ ਖਿਆਲੇ ਪਿੰਡ ਦਾ ਮੇਨ ਗੇਟ ਬਣਿਆ ਹੈਗਾ ਜੀ। ਖਿਆਲੇ ਮੇਨ ਬੱਸ ਅੱਡਾ ਹੈਗਾ ਜੀ, ਉੱਥੋਂ ਐਂਟਰ ਹੁੰਦੀ ਹੈ ਰੋਡ ਨੂੰ। ਅਗਰ ਤੁਸੀਂ ਇਸ ਲੈਂਡ ਦੇ ਉੱਪਰ ਆਪਣੀ ਕੋਈ ਫੈਕਟਰੀ ਲਗਾਉਂਦੇ ਹੋ ਤਾਂ ਬੜਾ ਈਜ਼ਲੀ ਆਪ ਜੀ ਨੂੰ ਲੇਬਰ ਵਗੈਰਾ ਸਭ ਕੁਝ ਮਿਲ ਜਾਏਗਾ, ਕਿਉਂਕਿ ਕਾਫੀ ਨਜ਼ਦੀਕ ਪਿੰਡ ਹੈਗੇ, ਕਾਫੀ ਅੱਛੀ ਆਬਾਦੀ ਹੈਗੀ ਹੈ। ਤੁਹਾਨੂੰ ਪੂਰੀ ਉਮੀਦ ਹੈ ਕਿ ਇਸ ਤਰ੍ਹਾਂ ਦੀ ਵੀ ਪ੍ਰੋਪਰਟੀਆਂ ਤੁਸੀਂ ਦੇਖਣਾ ਚਾਹੋਗੇ। ਅਗਰ ਆਪ ਜੀ ਇਸ ਤਰ੍ਹਾਂ ਦੀ ਪ੍ਰੋਪਰਟੀਆਂ ਵੇਖਣਾ ਚਾਹੁੰਦੇ ਹੋ, ਪਿੰਡਾਂ ਦੀ ਪ੍ਰੋਪਰਟੀਆਂ, ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਦੀ ਲੋਕੇਸ਼ਨ ਰਾਮ ਤੀਰਥ ਰੋਡ 'ਤੇ ਖਿਆਲਾ ਪਿੰਡ ਦੀ ਹੈਗੀ ਜੀ ਇਹ ਪ੍ਰੋਪਰਟੀ। ਖਿਆਲਾ ਪਿੰਡ ਦੇ ਨਜ਼ਦੀਕ ਲਿੰਕ ਰੋਡ 'ਤੇ ਪ੍ਰੋਪਰਟੀ ਲੋਕੇਟਿਡ ਹੈਗੀ ਜੀ।
ਫਿਰ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਘੱਟ ਬਜਟ ਦਾ ਘਰ ਲੈਣਾ ਚਾਹੁੰਦੇ ਹੋ, ਸਾਡੇ ਕੋਲ ਕਾਫੀ ਅੱਛੀ ਆਪਸ਼ਨਾਂ ਤਿਆਰ ਹੈਗੇ ਨੇ, ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਸੇਲ ਪਰਚੇਜ਼ ਲਈ ਸਾਡੇ ਨਾਲ ਕੰਟੈਕਟ ਕਰੋ, ਸਾਡਾ ਮੇਨ ਆਫਿਸ ਨਿਊ ਅੰਮ੍ਰਿਤਸਰ ਹੈ, ਉੱਥੇ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।